बिस्मिल्लाहिर्रहमानिर्रहीम अस्सलाम वालेकुम तमाम दोस्तों नूं अपने यूट्यूब चैनल पंजाबी चरखा दे असीं वेलकम कहांगे सत बिस्मिल्ला जी आयां दोस्तों साडे चैनल दी टीम इस वक्त मौजूद है पिंड लोहारा दे विच जिहड़ा कि तहसील जफरवाला और जिला नारोवाल दे विच मौजूद है और साडी अज दी वीडियो दी मेहमान शख्सियत ने चाचा मोहम्मद वली जिहड़े ने इन्हां दा जिहड़ा पुराना पिंड सी रस जम्मू कश्मीर दे विच सी कटली पिंड और अज असीं इन्हां नाल मुलाकात करांगे और इन्हां दी जिहड़ियां पुरानियां यादां ने ओह ताज़ा करांगे और तुहाडी खिदमत च पेश करांगे। आओ फिर मुलाकात करने आ चाचा मोहम्मद वली दे नाल। ਕਿੰਨੀ ਕੁ ਆਪਣੀ ਉਮਰ ਹੋ ਗਈ ਹੈ? 96 ਸਾਲ 90 ਦੇ ਤੇ 93ਵੇਂ ਸਾਲ ਹੋ ਗਏ ਮਾਸ਼ਾਅੱਲਾ ਜੀ ਤੁਹਾਨੂੰ ਕਰੈਕਟ ਯਾਦ ਹੈ ਹਾਂ ਅੱਛਾ ਤੇ ਜਦੋਂ ਵਾਂਡੋ ਜੀ 47 ਦੀ ਜੀ ਉਦੋਂ ਭਲਾ ਕਿੰਨੀ ਕੁ ਉਮਰ ਬਣਦੀ ਹੈ ਫਿਰ ਤੁਹਾਡੀ 14 ਸਾਲ 14 ਸਾਲ ਦੇ ਤੁਸੀਂ
अच्छा ए तलन मजला पिंड है तलन लोहारा ए सारे इकट्ठे इकट्ठे पिंड है लोहारा बखरा मजला बखरा अब मजला तलन दे विचो बांधे मजला विचो ये नहीं कि कोई ओदा हाथ है को टाउना दे विच ही जेड़ा ठीक हो गया अच्छा 450 कुमा दा रकबा तलन जी छे दे वे इथे आ गए ने कुछ ठीक है ते दसो थानू कि केड़ी तहसील च पिंड है कड़ा ये तहसील पहले शकरगाड़ी ही इस वेले जफरवाल है 47 ਚ ਵੀ ਇਹ ਬਾਅਦ ਚ ਰਿਹਾ ਸ਼ਕਰਗੜ੍ਹ ਜੀ ਇਹ ਕੋਈ ਚੰਦ ਕੋਈ 2-4 ਸਾਲ ਤੋਂ ਰਹਿ ਗਏ ਨਾ ਜਫਰਾਲ ਤਹਿਸੀਲ ਬਣੀ ਹੈ ਜਫਰਾਲ ਚ ਠੀਕ ਹੋ ਗਿਆ ਅੱਛਾ ਅੱਛਾ ਅਸੀਂ ਪੁੱਛਾਂਗੇ ਕਿ ਪੁਰਾਣਾ ਪਿੰਡ ਤੁਹਾਡਾ ਕਿਹੜਾ ਸੀ ਜੰਮੂ ਵਿੱਚ ਦੱਸ ਪੁਰਾਣਾ ਪਿੰਡ ਸੀ ਸਾਡਾ ਜਿਆਣੀ ਦਿਆਣੀ ਜਿਆਣੀ ਕਟੜੀ ਦੇ ਰਕਬੇ ਸੀ ਕਟੜੀ ਦਾ ਰਕਬਾ ਸੀ 2200 ਕਮਾ 2200 ਕਿਲਾ ਵੱਡਾ ਪਿੰਡ ਹੀ ਕਟੜੀ ਵੱਡਾ ਪਿੰਡ ਕਟੜੀ ਲੰਬੜਦਾਰ ਕਟੜੀ ਦਾ ਟੰਡਰ ਮਖਵਾਲ ਵੀ ਮਾਸਟਰ ਸ਼ਮਸੁਦੀਨ ਸਾਹਿਬ ਉੱਥੇ ਬੈਠੇ ਨੇ ਕਟੜੀ ਦੇ ਆਹੋ ਆਹੋ ਠੀਕ ਹੋ ਗਿਆ ਹਾਂ ਅੱਛਾ ਤੇ ਉਸ ਪਿੰਡ ਦੇ ਤੁਸੀਂ ਰਹਿਣ ਵਾਲੇ ਹੋ ਹੈ ਹਾਂ ਠੀਕ ਹੈ ਇਹ ਲਾਗੇ ਲਾਗੇ ਜਿੰਨੇ ਵੀ ਪਿੰਡ ਹਨ ਕਟੜੀ ਦੇ ਅਸੀਂ ਚਾਹੁੰਦੇ ਤਾਂ ਉਹਨਾਂ ਦੇ ਨਾਂ ਲਵੋ ਉਹ ਪਿਛਲੇ ਜੀ ਜੀ ਪਿਛਲੇ ਪਿੰਡ ਮੁਸਲਮਾਨ ਹੈ ਸਾਰੇ ਪਿੰਡ ਜਿਹੜੇ ਤੁਹਾਡੇ ਉੱਥੇ ਨਜ਼ਦੀਕ ਲਾਗੇ ਲਾਗੇ ਪਿੰਡ ਹਨ ਤੁਹਾਡੇ ਪਿੰਡ ਦੇ ਪਿੰਡ ਪਹਿਲਾਂ ਜੀ ਕਟੜੀ ਕਟੜੀ ਅਤੇ ਅੱਗੇ ਆ ਗਿਆ ਛੰਨੀ ਛੰਨੀ ਸਰਗਾਰ ਅੱਛਾ ਜਿਆਣੀ ਠੀਕ ਹੈ ਪੁਰਜਾਣੀ ਠੀਕ ਹੈ ਬੰਨ ਸੁਹਾਂਦਾ ਲੰਡੋਆ ਫਿਰ ਅੱਗੇ ਆ ਗਿਆ ਸਾਂਬਾ ਸਾਂਬਾ ਆ ਗਿਆ ਸਾਂਬਾ ਤਾਂ ਤਹਿਸੀਲ ਨਹੀਂ ਸੀ ਤਹਿਸੀਲ ਸਾਂਬਾ ਠੀਕ ਹੈ ਹਾਂ ਬਾਰਾਂ ਮੰਡੀਆਂ ਸਾਂਬਾ ਇਹ ਮੈਂ ਗੱਲਾਂ ਦੱਸਣੀ ਤਹਿਸੀਲ ਦੱਸਣੀਆਂ ਠੀਕ ਹੈ ਕੈਲੀ ਮੰਡੀ ਸ਼ਮਕਾਰੀ ਮੰਡੀ ਗੜ ਮੰਡੀ ਹਾਂਜੀ ਉੱਥੇ ਮੀਆਂ ਦੀ ਬਾਤ ਮੀਏ ਸਰ ਮੀਏ ਰਾਜਪੂਤ ਅੱਛਾ 12 ਮੰਡੀਆਂ ਸਾਂਬੇ ਦੇ ਨਾਲ ਲੱਗਦੀਆਂ ਮੰਡੀਆਂ ਮੰਡੀਆਂ ਦਾ ਮਤਲਬ ਪਿੰਡ ਹੀ ਸਰ ਛੋਟੇ ਛੋਟੇ 4-5 ਮੰਡੀਆਂ ਬਣਦੇ ਸਨ ਦੇਖੋ 12 ਕੁਛ ਐਸੇ ਪਿੰਡ ਹਨ ਛੋਟੇ ਛੋਟੇ ਜਿਹਨਾਂ ਨੂੰ ਮੰਡੀਆਂ ਕਿਹਾ ਜਾਂਦਾ ਮੰਡੀਆਂ ਉੱਥੇ ਮੰਡੀ ਲੱਗਦੀ ਵੀ ਹੈ ਜਾਂ ਵੈਸੇ ਨਾਂ ਦਾ ਮੰਡੀ ਨਾ ਹੀ ਮੰਡੀ ਸੀ ਨਾ ਹੀ ਮੰਡੀ ਸੀ ਵੈਸੇ ਵੀ ਉਸ ਵਕਤ 47 ਤੋਂ ਪਹਿਲੇ ਸਾਂਬਾ ਜਿਹੜਾ ਸੀ ਉਹ ਤਜਾਰਤੀ ਮਰਕਜ਼ ਵੀ ਆਇਆ ਸੀ ਨਾ ਹਾਂ ਤਜਾਰਤੀ ਮਰਕਜ਼ ਸੀ ਉੱਥੇ ਇਜਨਾਸ ਦਾ ਕੰਮ ਹੁੰਦਾ ਰਿਹਾ ਸਾਰਾ ਹਾਂ ਸਬਜ਼ੀਆਂ ਦਾ ਕੰਮ ਸਾਰਾ ਉੱਥੇ ਹੀ ਹੁੰਦਾ ਰਿਹਾ ਮੰਡੀ 'ਚ ਹਾਂ ਅੱਛਾ ਤੁਸੀਂ ਤਾਂ ਦੇਖਿਆ ਨਾ ਸਾਂਬਾ ਸ਼ਹਿਰ ਦੇਖਿਆ ਇਹ ਕਿਸ ਤਰ੍ਹਾਂ ਦਾ ਸ਼ਹਿਰ ਹੈ ਭਲਾ ਸ਼ਹਿਰ ਬੜਾ ਸੋਹਣਾ ਸ਼ਹਿਰ ਹੈ ਬੜਾ ਸੁਥਰਾ ਸ਼ਹਿਰ ਸੀ ਹੈ ਛੋਟਾ ਹੀ ਸੀ ਉੱਚੀਆਂ ਉੱਚੀਆਂ ਪਹਾੜੀਆਂ ਹਦਵਾੜੇ ਦੇ ਉੱਚੀਆਂ ਉੱਚੀਆਂ ਪਹਾੜੀਆਂ 'ਤੇ ਜਿਹਨਾਂ ਨੂੰ ਮੰਡੀਆਂ ਆਖਦੇ ਹੈ ਨਾ ਉਹਨਾਂ ਇੱਕ ਇੱਕ ਖਾਨਦਾਨ ਜੋ ਖਾਨਦਾਨ ਰਹਿੰਦੇ ਸੀ ਉਹਨਾਂ 'ਚ ਪਹਾੜੀਆਂ 'ਚ ਅੱਛਾ ਉੱਥੇ ਅੱਛਾ ਫਿਰ ਉਹ ਹਕੂਮਤ ਸੁਲੇ ਰਾਜੇ ਹਰੀ ਸਿੰਘ ਦੀ ਹਰੀ ਸਿੰਘ ਦੀ ਇਹ ਵੀ ਮੀਆਂ ਸਨ ਆਹੋ ਰਾਜਾ ਹਰੀ ਸਿੰਘ ਦੀ ਮੀਆਂ ਸੀ ਉਹ ਮੀਆਂ ਸੀ ਅਤੇ ਉਸ ਵੇਲੇ ਮੈਂ ਤੁਹਾਨੂੰ ਗੱਲ ਸੁਣਾਵਾਂ 47 ਕੀ ਹੋਇਆ ਹਿੰਦੁਸਤਾਨ ਪਾਕਿਸਤਾਨ ਦੀ ਆਪਸ ਅੰਦਰ ਵੰਡ ਹੋਈ ਹੈ ਅੱਛਾ ਵੰਡ ਹੋਈ ਹੈ ਹਿੰਦੂਆਂ ਨੇ ਇੱਥੇ ਤੁਰ ਜਾਣਾ ਸੀ ਇੰਡੀਆ ਨੂੰ ਠੀਕ ਹੈ ਇੰਡੀਆ ਨੇ ਇੱਥੇ ਆਉਣਾ ਸੀ
ਰਿਆਸਤੀ ਜਿਹੜੇ ਸੀ ਅਸੀਂ ਸੀ ਕਿ ਰਿਆਸਤ ਦੇ, ਇਹ ਵੱਖਰਾ ਸੀ ਸੂਬਾ, 13-14 ਜ਼ਿਲ੍ਹੇ ਸਾਡੇ ਰਿਆਸਤ ਦੇ। ਰਾਜਾ ਹਰੀ ਸਿੰਘ ਸੀ ਉਸ ਵੇਲੇ, ਰਾਜਾ ਹਰੀ ਸਿੰਘ ਭਾਈ ਇਸ ਤਰ੍ਹਾਂ ਨਹੀਂ ਕਰੋ ਸਾਡੀ ਘੁੰਮ ਖਰਾਬ, ਅਸੀਂ ਤੇਰੇ ਸਕੇ ਹਾਂ, ਰਿਸ਼ਤੇਦਾਰ ਹਾਂ, ਸਾਡੀ ਨਹੀਂ ਮੰਨਦਾ, ਤੂੰ ਇੱਕ ਫੈਰ ਕੱਢ। ਸਤਵਾਰੀ ਲਿਆ ਕੇ, ਸਤਵਾਰੀ ਹੈ ਜੰਮੂ ਦੇ ਕੋਲ, ਇੱਕ ਫੈਰ ਕੱਢਿਆ ਉਹਨੇ ਪਿਸਤੌਲ ਦਾ। ਅੱਛਾ, ਸਤਵਾਰੀ ਕਿ ਬੰਦੇ ਦਾ ਨਾਮ ਸੀ? ਨਹੀਂ, ਸਤਵਾਰੀ ਜਗ੍ਹਾ ਥਾਂ ਹੈ ਜਿਸ ਜਗ੍ਹਾ ਤੁਸੀਂ ਬੈਠੇ ਹੋ ਜੀ ਜੀ। ਉੱਥੇ ਉਹਨੇ ਇੱਕ ਫੈਰ ਕੱਢਿਆ, ਠਾਹ ਕੀਤਾ, ਜਿਹਨੇ ਠਾਹ ਕੀਤਾ ਹਿੰਦੂ ਤਲਵਾਰਾਂ ਕੁਹਾੜੀਆਂ ਲੈ ਕੇ ਮੁਸਲਮਾਨ ਮੁਸਲਮਾਨਾਂ 'ਤੇ ਜਿਹੜਾ ਉਹਨਾਂ ਹਮਲਾ ਸ਼ੁਰੂ ਕਰ ਦਿੱਤਾ ਨਾ, ਸਾਡੇ ਲੰਬੜਦਾਰ ਨੇ ਐਲਾਨ ਕੀਤਾ ਵੀ ਜਾਓ ਆਪਣੇ ਪਾਕਿਸਤਾਨੀ ਛੱਡ ਜਾਓ ਘਰ, ਤੁਸੀਂ ਸਾਡੀ ਜਦਾਈ ਪੈ ਗਈ, ਦੁਆ ਸਲਾਮੀ ਨਾਲ ਹੋ ਕੇ ਬਾਰਡਰ ਕਰਾ ਨੰਘਾ ਛੱਡੀਏ। ਮੈਦਾਨ ਦੇ ਬਰਿਆਰ ਸੀ, ਮੈਨੂੰ ਹੋਸ਼ ਹੈਗਾ, ਮੈਂ ਮੁੰਡਾ ਸੀ, ਇੱਕ ਮੈਦਾਨ ਚ ਸ਼ਾਮ ਵੇਲੇ 7 ਪਿੰਡ ਇਕੱਠੇ ਹੋਏ, 4 ਘੋੜੀਆਂ ਫੇਰਦੇ ਨੇ ਹਿੰਦੂ ਲੰਬੜਦਾਰ, ਇਹਨਾਂ ਦੇ ਕੋਈ ਡੂਮ ਚ ਮਿਆਰ ਅਮਲਾ ਨਾ ਕਰੇ। ਤੁਹਾਡਾ ਪਹਿਰਾ ਦਿੰਦੇ ਰਹੇ ਹੋ? ਸਾਡਾ ਪਹਿਰਾ ਦਿੰਦੇ ਕੈਂਪ ਦਾ। ਹਾਂ, ਕੈਂਪ ਦਾ, ਠੀਕ ਹੈ। ਬਰਿਆਰ 'ਚ ਤਰੇਹ ਲੱਗੀ ਜੀ, ਬਾਹਰ ਪਾਣੀ, ਗਰਮੀਆਂ ਸਰ, ਅੱਸੂ ਕੱਤੇ ਦੇ ਨੇ, ਅੱਸੂ ਦੇ ਨੇ, ਅੱਸੂ ਦੇ ਨੇ। ਅੱਛਾ, ਉੱਥੇ ਬੈਠੇ, ਜਿਸ ਵੇਲੇ ਸੁਬਹਾ ਹੋਈ ਨਾ, ਬੱਚਿਆਂ ਨੂੰ ਕਿਆਂ 'ਚੋਂ ਪਾਣੀ ਪਿਲਾਏ ਬੀਬੀਆਂ ਨੇ। ਅੱਛਾ, ਇਹਨਾਂ ਨੂੰ ਕਿਵੇਂ ਚੋਂ ਪਾਣੀ? ਹਾਂ, ਫਿਰ ਪਾਣੀ ਬੱਚੇ ਨਹੀਂ ਸੀ ਨਾ, ਪਾਣੀ ਬਗੈਰੋਂ ਬਚਦੀ ਗਰਮੀ ਸੀ। ਸਵੇਰ ਹੋਈ, ਉੱਠੋ ਚਲਵੇ, ਸਾਰਾ ਕਾਫਲਾ ਉੱਠ ਬੈਠਾ, ਸਾਰਾ ਉੱਠਿਆ ਤੁਰਿਆ, ਇਹ ਟੰਡਰ ਰਸਤੇ, ਇਹ ਮੁਖਾ ਟੰਡਰ ਮੁਖਾਲ ਹੈ ਨਾ, ਸੁਚੇਤਗੜ੍ਹ ਪੜੇ, ਇਸ ਰਸਤੇ ਸੀ ਸਾਡਾ ਜਥਾ ਕਾਫਲ ਕਰਾਸ ਕਰਦਾ। ਇੱਧਰੋਂ ਸਾਡੇ ਇਹ ਜਿਹੜੇ ਮਜੈਦ ਛੱਡੇ ਦੇ ਅੰਗਰੇਜ਼ ਨੇ, ਸਭ ਜਾਤੀ ਸੀ, ਪੁਲਿਸ ਫੌਜ ਸਭ ਜਾਤ ਕਰ ਛੱਡੀ, ਜਾਤ ਕੋਈ ਨਹੀਂ ਸੀ, ਹਕੂਮਤ ਖਤਮ। ਅੱਛਾ, ਜ਼ੋਰ ਦੀ ਹਕੂਮਤ ਜਿਹਦਾ ਕੋਈ ਜ਼ੋਰ ਸੀ ਉਹਦੀ ਹਕੂਮਤ ਸੀ ਉਸ ਟਾਈਮ, ਹਕੂਮਤ ਖਤਮ ਜੀ, ਸਭ ਹਕੂਮਤ ਕੋਈ ਛੱਡੀ ਨਹੀਂ। ਅੱਛਾ, ਜਿਹੜੇ ਬਾਰਡਰ 'ਤੇ ਅਸੀਂ ਆਏ ਨਾ, ਉਹ ਆਈ ਅੱਗੋਂ ਆਈ ਸੰਘ ਪਾਰਟੀ ਉਹਨਾਂ ਦੀ ਹਿੰਦੂਆਂ ਦੀ, ਇੱਧਰੋਂ ਠਾਹ ਠਾਹ ਕੀਤਾ, ਤਲਣ ਦੇ ਵੀ ਇਹੀ 4 ਮੁੰਡੇ ਜਿਹਨਾਂ ਕੋਲ ਰਫਲਾਂ ਕੱਚੀਆਂ, ਉਹਨਾਂ ਠਾਹ ਠਾਹ ਕੀਤਾ, ਉਹ ਨੱਸ ਗਏ, ਉਹਨਾਂ ਕੋਲ ਮੁਸਲਮਾਨ ਆ ਗਏ, ਅੱਗੋਂ ਆ ਗਏ ਮੁਸਲਮਾਨ ਮਿਲਟਰੀ, ਉਹ ਦੌੜ ਗਏ, ਅਸੀਂ ਆ ਗਏ, ਅਸੀਂ ਬਚ ਗਏ। ਜਿਹੜੀ ਮੀਰਾ ਸਾਹਿਬ ਕਤਲਾਮ ਹੋਈ ਜਿਹੜਾ, ਉਹ ਗਏ ਨੇ ਸਾਰੇ ਗੁੱਜਰ ਆਮ ਸਨ, ਗੁੱਜਰ ਮਾਲਕ ਸਾਰਾ ਮੀਰਾ ਸਾਹਿਬ ਜਾ ਕੇ ਪਏ, ਅਸੀਂ ਰਾਜੇ ਹਰੀ ਸਿੰਘ ਦੇ ਪੇਸ਼ ਹੁੰਦੇ ਹਾਂ, ਕਿਉਂ ਮਾਰਦੇ ਸਾਨੂੰ, ਕਿਉਂ ਮਾਰਦੇ ਸਾਡੀ ਬੇਇੱਜ਼ਤੀ ਕੀਤੀ ਜੇ। ਮੀਰਾ ਸਾਹਿਬ ਮੈਦਾਨ ਜੰਮੂ ਦੇ ਥੱਲੇ। ਅੱਛਾ, ਉੱਥੇ ਮੈਦਾਨ ਹੋਇਆ, ਉਹ ਕੋਈ ਬੰਦਾ ਉੱਥੇ ਕੋਈ 50,000 ਜੀ ਜਾਂ 40,000 ਜੀ ਇਕੱਠਾ ਹੋ ਗਿਆ, ਉੱਥੇ ਵੀ ਕੈਂਪ ਬਣ ਗਿਆ, ਕੈਂਪ ਬਣਿਆ। ਅੱਛਾ, ਜਿਹੜੇ ਉੱਥੇ ਇਕੱਠਾ ਹੋ ਗਿਆ ਨਾ, ਉਹਨਾਂ ਆਖਿਆ ਬੈਠੇ ਰਿਹਾ ਆ ਜਾਂਦਾ, ਆਰਡਰ ਇਹ ਮਿਲਿਆ ਭਾਈ ਇਹਨਾਂ ਨੂੰ ਕਤਲ ਕਰ, ਰਾਜੇ ਦੀ ਤਰਫੋਂ ਕਤਲ। ਹਾਂ, ਉਹਨਾਂ ਕਤਲ ਕਰ, ਉਹ ਪੈ ਗਏ ਕਿਹੜੀਆਂ ਕੌਮਾਂ ਪਈਆਂ ਬਹੁਤੀਆਂ, ਚਮਿਆਰ ਅਤੇ ਇੱਕ ਮਾਸ਼ੇ ਹੁੰਦੇ ਡੂਮ, ਇਹ ਕੌਮਾਂ ਪਈਆਂ, ਤਲਵਾਰਾਂ ਲੈ ਗਏ, ਮੁਸਲਮਾਨਾਂ ਕੋਲ ਕੋਈ ਹਥਿਆਰ ਨਹੀਂ, ਉਹਨਾਂ ਫਿਰ ਕਤਲ ਕੀਤੇ ਨਾ, ਕਤਲ ਕੀਤੇ ਨਾ। ਇੱਕ ਲੜਕੀ ਸੀ ਮੇਰੀ, ਸਾਲੀ ਸੀ ਉਹ ਲੜਕੀ ਸੀ ਜਿਹੜੀ, ਉਸਨੇ ਮਾਂ ਦੇ ਬਾਈ ਇੱਥੇ ਤਲਵਾਰ ਮਾਰੀ ਨਾ, ਤਲਵਾਰ ਮਾਰੀ, ਮਾਂ ਡਿੱਗੀ ਜੇ, ਮਾਂ ਦੀ ਲਾਸ਼ ਥੱਲੇ ਪੈ ਗਈ, ਉਹ ਲੜਕੀ ਥੱਲੇ ਪਈ ਗਈ। ਅੱਛਾ, ਇੱਕ ਹੋਰ ਸੀ, ਇਹ ਨੂਰ ਵੀ ਉਸੇ ਕਤਲ 'ਚ ਬਚੀ, ਇਹ ਵੀ ਕਤਲ ਕਰ ਛੱਡੀ, ਨਾਲ ਇਹਦੀ 2 ਬੱਚੀਆਂ ਕਰਾਵਾਂ ਮੈਂ, ਲਾਸ਼ਾਂ ਥੱਲੇ ਥੱਲੇ ਆ ਕੇ ਬਚਤ ਹੋ ਗਈ, ਥੱਲੇ ਆ ਕੇ ਬਚ, ਆਪਣੀ ਇੱਜ਼ਤ ਬਚਾਲੀ ਉਹਨਾਂ ਨੇ ਥੱਲੇ ਆ ਕੇ। ਉਹ ਲੜਕੀ ਜਿਹੜੀ ਸਾਡੀ ਬੜੀ ਜੀਜੋਕਾਰੀ ਮੇਰੀ ਸਾਲੀ ਰਹੀ, ਉਸਨੇ ਆਖਿਆ ਕਿ ਨਾਈਆਂ ਦੀ ਕੁੜੀ ਮੇਰੇ ਨਾਲ ਵੱਡੀ ਸੀ, ਮੈਂ ਛੋਟੀ ਸੀ, ਜਿਸ ਵੇਲੇ ਸਭ ਮਾਰ ਕੁੱਟ ਕੇ ਚਲੇ ਗਏ, ਕਤਲ ਕਰਕੇ ਮੈਦਾਨ 'ਚ ਪਈ ਜੀ ਲਾਸ਼ ਹੀ ਲਾਸ਼, ਮਾਂ ਦੀ ਲਾਸ਼, ਚਲੋ ਨਾਈਆਂ ਦੀ ਕੁੜੀ ਨਿਕਲੀ ਜਿਹੜੇ ਜੇ ਉਹ ਰੋਈ ਨਾ, ਅਤੇ ਮੇਰੀ ਵੀ ਮਾਂ ਦੀ ਲਾਸ਼ ਨੂੰ ਜੱਫਾ ਪਾਜਾ, ਮੈਂ ਵੀ ਉੱਠੇ ਹੋਏ, ਅਸੀਂ ਉੱਠ ਕੇ ਜੇ ਇਕੱਠੀਆਂ ਹੋਈਆਂ, ਲੱਗੀ ਆ ਕੇ ਕਿੱਧਰ ਜਾਣ, ਧੁੰਦਾ ਘਰ ਨੇਰ, ਉਹਨਾਂ ਕੱਪੜੇ ਭਰੋਏ, ਪਿਆਸ ਲੱਗੀ, ਬਾਜੀ ਗਿਰਾਂ ਡੇਰਾ ਜੰਗਲ 'ਚ ਉੱਥੇ ਦੀਵਾ ਬਲਦਾ ਸੀ, ਉਹ ਦੀਵਾ ਦੇਖ ਕੇ ਗਈਆਂ, ਕੁੱਤੇ ਆ ਗਏ, ਕੁੱਤੇ ਪੈ ਗਏ, ਅਸੀਂ ਰੋਈਆਂ, ਬਾਜੀ ਗਿਰ ਨੇ ਸਾਨੂੰ ਛੱਡਾ ਲਿਆ, ਸਵੇਰ ਵਿੱਚ ਕੱਪੜੇ ਹੋਰ ਸਾਨੂੰ ਮੰਗਣ ਲੈ ਗਏ,
ਸਾਨੂੰ ਮੰਗਣ ਲੈ ਗਏ ਬਾਜੀਗਰ ਜਿਹੜੇ ਡੇਰੇਦਾਰ। ਅੱਛਾ, ਮੰਗਣ ਲੈ ਸ਼ੇਖ ਅਬਦੁੱਲਾ ਆਲਮ ਸਿੰਘ ਘੁੰਮਣ ਸੰਭਾਲੀਏ ਬਾਅਦ 'ਚ। ਸ਼ੇਖ ਅਬਦੁੱਲਾ, ਸ਼ੇਖ ਅਬਦੁੱਲਾ, ਸ਼ੇਖ ਅਬਦੁੱਲਾ, ਹਾਂ ਉਮਰ ਅਬਦੁੱਲਾ ਦਾ ਪਿਓ ਜਿਹੜਾ। ਹਾਂ, ਉਮਰ ਪਿਓ ਦਾ ਬੜਾ ਕਾਬਲਕਾਰ ਬੰਦਾ ਸੀ, ਡੈਲੀ ਇੰਡੀਅਨ ਸੀ। ਉਸਨੇ ਘੁੰਮਣ ਸੰਭਾਲੀ, ਉਸਨੇ ਫਿਰ ਰਾਜਾ ਹਰੀ ਸਿੰਘ ਨੂੰ ਨਿਕਾਲਿਆ ਗਿਆ ਕਾਨੂੰਨੀ ਤੌਰ, ਦਿੱਲੀ 'ਚ ਜਾ ਕੇ ਉਹਨਾਂ ਹੋਟਲ ਕੀਤਾ। ਇੱਕ ਪੁੱਤਰ ਆ ਗੱਦੋ ਧੋਣਾ ਨਿਕਲਿਆ ਉਹਦੇ, ਗੱਦੋ ਧੋਣਾ ਇੱਕ ਬਿਮਾਰੀ ਸੀ ਉਹਦੇ 'ਚ, ਛੇ ਰੋਜ਼ ਹੀ ਗੋਸ਼ਤ ਭਰਨਾ ਅਤੇ ਉਸ ਬਿਮਾਰੀ ਨੇ ਖਾ ਛੱਡਣਾ, ਸਵਾ ਫਿਰ ਗੋਸ਼ਤ ਪਾਉਣਾ ਉਹਦੇ। ਅੱਛਾ, ਇੱਥੇ ਜਿਹੜੇ ਕੈਂਪ ਸੀ ਨਾ ਇਹਨਾਂ ਲੜਕੀਆਂ ਦਾ, ਕੈਂਪ ਜਿਹੜੇ ਇੱਕ ਕੈਂਪ ਦੇ ਜੇ ਸਨ, 80 ਸਨ, 100 ਸੀ, 150 ਸੀ ਲੜਕੀ, ਯਤੀਮਾ ਕਤਲ ਹੋ ਗਏ ਮਾਂ ਪਿਓ। ਹਾਂਜੀ, ਉਹ ਆਈ ਜਿਹੜੀ ਰਾਜੇ ਹਰੀ ਸਿੰਘ ਦੀ ਬੀਵੀ ਸੀ ਨਾ, ਉਹ ਇੱਥੇ ਆਈ। ਅੱਛਾ, ਉਸ ਕੈਂਪ 'ਚ ਆਈ, ਆ ਕੇ ਲੱਗੀ ਆਖਰ, ਹੈ ਬੀਬੀ ਓ ਬੱਚੀ ਓ ਜਤੀਮੋ, ਮੇਰੇ ਵਾਸਤੇ ਦੁਆ ਕਰੋ, ਮੇਰੇ ਬੱਚਾ ਬਿਮਾਰ ਹੈ। ਇੱਕ ਬੀਵੀ ਜੀ ਫਾਨਾ ਮਰੀ, ਉਹ ਲੱਗੀ ਆਖਰ, ਮੇਰੇ 7 ਵਡਾ ਛੜੇ ਹੁਣ ਤਰੀਏ, 7 ਵਡਾ ਛੜੇ, ਤੇਰਾ ਇੱਕ ਵਾਰ ਜੇ ਟਿੱਕਾ ਤਾਂ ਫਿਰ ਕਿਹੜੀ ਉਹਦਾ ਨਾਂ ਟਿੱਕਾ ਸੀ, ਮੁੰਡੇ ਦਾ ਨਾਂ ਟਿੱਕਾ ਸੀ, ਟਿੱਕਾ ਨਹੀਂ। ਹਾਂਜੀ, ਇੰਨੀ ਗੱਲ ਜਿਹੜੇ ਆਖੀ ਉਹ ਨਾ ਸਹੀ, ਫਿਰ ਦੌੜ ਗਈ ਉਹਦੀ ਫਲੋਤੀ ਪੈ। ਅੱਛਾ, ਉਹਨਾਂ ਫਿਰ ਬੱਚੀਆਂ ਦਾ ਕੀ ਬਣਿਆ ਜਿਹੜੀਆਂ ਉਹ ਬੱਚੀਆਂ ਇੰਡੀਆ 'ਚ ਗਈਆਂ, ਇੰਡੀਆ ਤੋਂ ਫਿਰ ਬਾਗੇ ਰਸਤੇ ਲਾਹੌਰ ਆਈਆਂ, ਹਕੂਮਤ ਦੇ ਜ਼ਰੀਏ ਹੈ, ਹਕੂਮਤ ਦੇ ਜ਼ਰੀਏ ਵਿਟਾਮਿਨ, ਇੱਧਰੋਂ ਵੀ ਦਿੱਤੀਆਂ, ਇੱਧਰੋਂ ਵੀ ਦਿੱਤੀਆਂ, ਉਹਨਾਂ ਵੀ ਦਿੱਤੀਆਂ, ਕਿੰਪਾਂ 'ਚ ਆ ਗਈ। ਉਹ ਲੜਕੀ ਨੂੰ ਪੁੱਛਣ ਅਤੇ ਕਿਹਦੀਆਂ ਜੋ, ਮੇਰਾ ਜਿਹੜਾ ਸਹੁਰਾ ਸੀ, ਮੇਰਾ ਸੁਸਰ ਸੀ ਨਾ, ਜਿਹੜਾ ਮਾਮਾ ਸੀ ਲੱਗਾ ਉਹਦਾ। ਅੱਛਾ, ਔਰ ਗਏ ਉਹਨਾਂ ਨੂੰ ਨਹੀਂ ਦਿੱਤੀ, ਉਹਨੂੰ ਕੁੜੀ ਨੇ ਜਿਹੜੇ ਬਾਰੀ 'ਚ ਦੇਖਿਆ, ਉਹਨਾਂ ਨੇ ਮਾਮਾ ਮੈਨੂੰ ਲੈ ਚੱਲ, ਇੰਨੀ ਗੱਲ ਆਖੀ ਨਾ, ਆਖਿਆ ਬੀਬੀ ਆਇਆ, ਉਹਨਾਂ ਆਖਿਆ ਬੀਬੀ ਆ, ਉਹ ਲੈ। ਫਿਰ ਉਹ ਮੇਰੇ ਸਹੁਰੇ ਨੇ ਉਹ ਕੁੜੀ ਵਿਆਹੀ, ਉਹ ਗੁੰਨੀ ਹੁੰਦੀ ਹੈ ਕੁੜੀ। ਅੱਛਾ, ਅੱਗੇ ਤਲੀਮ ਕੀਤੀ, ਮੇਰੇ ਸ਼ਹਿਰ ਦੇ ਲੜਕੇ 5 ਨਾ ਸੂਜੀ ਜਾਣਾ, ਕੁਝ ਬੜੇ ਪਿੰਡ 'ਚ ਰਹਿੰਦੇ, 4 ਕਰੋੜਾਂ 'ਚ। ਅੱਛਾ, ਸਾਡੇ ਅਸੀਂ ਕੋਸ਼ਿਸ਼ ਕਰਨੇ ਤੁਹਾਡੇ ਕੋਲ, ਤੁਹਾਡੇ ਪਿੰਡ ਦੀਆਂ ਗੱਲਾਂ ਪੁੱਛਣੀਆਂ, ਪੁਰਾਣਾ ਜਿਹੜਾ ਪਿੰਡ ਸੀ ਤੁਹਾਡਾ, ਹਾਂ ਸਾਨੂੰ ਦੱਸੋ ਕਿ ਉਹ ਕਿਸ ਤਰ੍ਹਾਂ ਦਾ ਪਿੰਡ ਸੀ। ਪਿੰਡ ਸਾਡਾ ਸੀ ਬਾਹਮਣਾਂ ਦਾ ਪਿੰਡ ਵੱਖਰਾ ਸੀ, ਗੁਜਰਾਂ ਦਾ ਪਿੰਡ ਵੱਖਰਾ। ਹਾਂ, ਪਿੰਡ ਗੁਜਰਾਂ ਦਾ ਪਿੰਡ ਪਹਾੜ ਪਾਸੇ ਸੀ, ਕੋਈ ਮਰੱਬੇ 'ਤੇ, ਮਰੱਬਾ ਢਮਾ, ਅਤੇ ਬਾਹਮਣਾਂ ਦਾ ਪਿੰਡ ਇਸ ਦੱਖਣ ਵਾਲਾ। ਅਤੇ ਫਸਲ ਕਿਹੜੀ ਕਿਹੜੀ ਹੁੰਦੀ ਸੀ ਉਸ ਵਕਤ? ਫਸਲ ਸਾਡੇ ਬਾਜਰਾ ਹੁੰਦਾ ਸੀ, ਮਾਂ ਹੁੰਦੇ ਸਨ, ਮੋਠ ਹੁੰਦੇ, ਚੈਲ ਹੁੰਦੇ ਸਨ, ਮੁੰਜੀ ਨਹੀਂ ਹੁੰਦੀ। ਮੁੰਜੀ ਨਹੀਂ ਹੁੰਦੀ? ਨਾ, ਨਹਿਰ ਨਹਿਰੀ ਜ਼ਮੀਨ ਨਹੀਂ ਸੀ? ਨਾ ਨਾ, ਬਰਾਨੀ ਕੁ ਜ਼ਮੀਨ ਸੀ ਸਾਰੀ, ਬਰਾਨੀ। ਠੀਕ ਆ। ਅੱਛਾ, ਅਤੇ ਉਸ ਵਕਤ ਇੱਕ ਬੜੀ ਜਾਇਦਾਦ ਹੁੰਦੀ ਸੀ ਕਿਸੇ ਨੇ, ਟਿਊਬਵੈੱਲ, ਖੂਹ ਲਾਉਣਾ? ਕੋਈ ਟਿਊਬਵੈੱਲ ਨਹੀਂ, ਕੋਈ ਖੂਹ ਵੀ ਨਹੀਂ ਸੀ। 100 ਤੋਂ 10 ਖੂਹ ਲੱਗਾ ਸੀ। ਅੱਛਾ, ਗਹਿਰਾਈ ਕਰ, ਇੰਨਾ ਗਹਿਰਾ ਖੂਹ ਲੱਗਾ ਸੀ ਪਾਣੀ ਪੀਣ ਨੂੰ, 47 ਪਹਿਲਾਂ ਤਲਾਅ ਦਾ ਪਾਣੀ ਪੀਂਦੇ ਲੋਕ, ਛੱਪੜ ਦਾ, ਛੱਪੜ ਦਾ ਤਲਾਅ ਸੀ ਬੜਾ ਵੱਡਾ, ਕੋਈ 2 ਕਿੱਲਿਆਂ ਸੀ, ਸਮੁੰਦਰ ਬਣਾਇਆ ਦਾ, ਬਾਰਿਸ਼ਾਂ ਨਾਲ ਭਰ ਹੋ ਜਾਣਾ, ਇੱਕ ਪੱਤਨ ਜਿਹੜਾ ਉੱਧਰੋਂ ਹਿੰਦੂਆਂ ਭਰਨਾ ਅਤੇ ਦੂਸਰੇ ਮੁਸਲਮਾਨਾਂ। ਅੱਛਾ, ਇਹਨਾਂ ਵੱਖੋ ਵੱਖ ਪਤਨ ਬਣਾਏ ਦੇ ਹਨ? ਹਾਂ, ਅਤੇ ਜਿਹੜੇ ਡੰਗਰ ਬੱਛਾ ਸੀ ਉਹ? ਡੰਗਰ ਬੱਛਿਆਂ ਨੂੰ ਵੱਖਰੇ ਛੱਪੜ, ਉਹਨਾਂ ਦਾ ਛੱਪੜ ਵੱਖਰਾ, ਉਹਨਾਂ ਵੱਖਰਾ। ਠੀਕ ਹੈ, ਅਤੇ ਉਹ ਖੂਹ ਕਿੰਨਾ ਲਾਇਆ ਸੀ ਉਸ ਟਾਈਮ? ਖੂਹ ਲਾਇਆ ਸੀ ਉਸਲੇ, ਗਰਾਈ ਕਰਕੇ ਲਾਇਆ ਸੀ, ਗਰਾਈ ਕਰਕੇ, ਅਤੇ ਲੰਬੜਦਾਰ ਹੁੰਦਾ ਰਿਹਾ ਉਸਲੇ, ਜਬਰੋ ਹਿੰਦੂ ਸੀ, ਹਿੰਦੂ ਸੀ। ਅੱਛਾ, ਅਤੇ ਇੱਕ ਤੇਜੋ ਬਾਹਮਣ ਸੀ, ਉਹ ਮੈਂਬਰ ਸੀ। ਅੱਛਾ, ਇੱਕ ਲਖਮੀ ਸੀ, ਇੱਕ ਅਰਨਗਾ ਸੀ। ਠੀਕ ਹੈ, ਉਹ 4 ਮੈਂਬਰ ਸਨ, ਇੱਕ ਵੱਡੇ ਚੀਜ਼ਾਂ ਜਿੱਦਾਂ ਮੋਟੇ ਮੋਟੇ ਬੰਦੇ ਹਨ, ਮੋਟੇ ਮੋਟੇ ਮੈਂਬਰ ਸਨ ਪਿੰਡ ਜਿਵੇਂ, ਇਹਨਾਂ ਨੇ ਫਿਰ ਉਹ ਗਰਾਈ ਕਰਕੇ ਅਤੇ ਉਹ ਗਰਾਈ ਕਰਕੇ ਉੱਥੇ ਖੂਹ। ਅੱਛਾ, ਉਸ ਖੂਹ ਦੀ ਫਿਰ ਕੀ ਹਾਲ ਪਈ ਸੀ? ਆਲੂ ਦੀ ਖੂਹ ਜੀ ਪਈ, ਪਈ ਪਾਣੀ ਆਇਆ, ਕੀ ਉਹਦੀ ਹਾਲ ਪਈ ਖੂਹ ਦੀ? ਫਿਰ ਉਹਦਾ ਸ਼ੇਂਗਾ ਖੜਿਆ, ਟੋਂਬਾ ਖੜਿਆ, ਪਾਣੀ ਕਿੱਥੇ ਲੱਭੇਗਾ, ਕਿੱਥੇ ਲੱਭੇਗਾ? ਅੱਛਾ, ਉਸਨੇ ਇੱਕ ਆਪਣਾ ਇਲਮ ਪੜ੍ਹਿਆ, ਇਸ ਬੱਚੇ ਦੀਆਂ ਅੱਖਾਂ ਬਾਲੀਆਂ, ਭਾਈ ਬੱਚੇ ਲੈ ਫੈਰਾ ਜਿੱਥੇ ਪਾਣੀ ਆਵੇਗਾ ਦੱਸੀ, ਬੱਚੇ ਨੂੰ ਫੇਰਨੇ ਸ਼ੁਰੂ ਕਰ ਦਿੱਤਾ ਫੜ ਕੇ। ਅੱਛਾ, ਅੱਖਾਂ ਵੱਜੀਆਂ, ਜਿਹੜਾ ਮੁੰਡਾ ਫਿਰੀ ਗਿਆ, ਉਹ ਇਲਮ ਪੜ੍ਹੀ ਗਿਆ, ਆਪਣਾ ਇਲਮ ਪੜ੍ਹੀ ਗਿਆ, ਇੱਛੋ ਇੱਛੇ ਪਿੰਡ ਹੋ ਗਿਆ ਸੀ ਤਰਨ, ਬੁੱਧੂ ਤੋਂ ਬਾਈ, ਬੁੱਧੂ ਤੋਂ ਬਾਸੀ ਉਹ। ਅੱਛਾ, ਉਹ ਲਾਉਂਦਾ ਸੀ ਦਰਿਆਤ, ਉਹ ਨਹੀਂ ਕਿ ਅੰਦਾਜ਼ਾ ਲਾਉਂਦਾ ਸੀ ਪਾਣੀ ਕਿੱਥੇ, ਪਾਣੀ ਕਿੱਥੇ। ਉਹ ਲੱਗਾ ਫਿਰਨੇ, ਇੱਕ ਮਲਾ ਸੀ, ਉਹ ਮਲੀ ਦੇ ਮਲੇ ਦੇ ਕੰਢੇ ਖੜਿਆ ਨਾ,
ਔਰ ਰਹਿਦਾ ਡੁੱਬ ਗਿਆ ਡੁੱਬ ਗਿਆ ਡੁੱਬ ਗਿਆ ਪਾਣੀ 'ਚ ਡੁੱਬ ਗਿਆ ਮੈਂ ਪਾਣੀ 'ਚ ਪੈ ਗਿਆ। ਅੱਛਾ ਉਹਨੂੰ ਮੁੰਡੇ ਨੇ ਆਖਿਆ ਉਹਨੇ ਕਿਹਾ ਅੱਖਾਂ ਖੋਲ੍ਹ ਦਿਓ ਅੱਖਾਂ ਉਹਨੇ ਕਿ ਇੱਥੇ ਫੱਟ ਮਾਰੋ ਵਿਚਕਾਰ ਖੂਹ ਦਾ ਇੱਥੇ ਆਵੇ ਇੱਥੇ ਪਾਣੀ ਆਵੇਗਾ। ਅੱਛਾ ਇਹਨਾਂ ਨਾਲ ਤਜਰਬਾ ਸੀ ਲੋਕਾਂ ਦਾ ਇਹਨਾਂ ਤਜਰਬਾ ਠੀਕ ਆ ਇਲਮੀ ਜੇ ਇਲਮ ਹੈ। ਅੱਛਾ 150 ਫੁੱਟ ਫਿਰ ਪਾਰ ਪੁੱਟਿਆ ਉਹਦਾ 150 ਫੁੱਟ ਥੱਲੇ ਪਾਰ ਡੂੰਘਾ ਕੀਤਾ ਡੂੰਘਾ ਕੀਤਾ ਹਾਂ ਉਹਦੇ 'ਚ ਕੋਠੀ ਗਾਲਦੇ ਸਰ ਲੱਕੜ ਦਾ ਬਣਾ ਕੇ ਨਾ ਪਿੰਜਾ ਜਿਹੜਾ ਟਾਂਗੇ ਦਾ ਹੁੰਦਾ ਇਹਦੇ ਵਿੱਚ ਚੜ੍ਹਾਈ ਕਰਨੀ ਉੱਥੋਂ ਫਿਰ ਖਰ ਕਰਕੇ ਨਾ ਉਹ ਜੜ ਗਈ ਪਹਿਲੋਂ ਇੰਨੀ ਸੀ ਫਿਰ ਪਤਲੀ ਹੋ ਗਈ ਫਿਰ ਅਖੀਰ ਜਿੱਥੇ ਪਾਣੀ ਆਇਆ ਨਾ ਉਹ ਜੜ ਇੰਨੀ ਸਾਰੀ ਉੱਥੋਂ ਸੁੰਬ ਆਇਆ ਪਾਣੀ ਦਾ। ਅੱਛਾ ਪਾਣੀ ਦਾ ਸੁੰਬ ਆਇਆ ਤਾਂ ਚੜ੍ਹਿਆ ਪਾਣੀ ਚੜ੍ਹਿਆ ਫਿਰ ਉਸ ਖੂਹ ਦਾ ਪਾਣੀ ਪੀਣਾ ਫਿਰ ਸਾਰੇ ਲੋਕ ਉਸ ਖੂਹ ਦਾ ਪਾਣੀ ਪੀਂਦੇ ਰਹੇ ਸਾਰੇ ਨਹਾਉਣਾ ਵੀ ਉੱਥੇ ਬਰਤਨ ਵੀ ਉੱਥੇ ਧੋਣੇ ਸਾਰਾ ਨਿਜ਼ਾਮ ਉੱਥੇ ਹੈ। ਅੱਛਾ ਅੱਛਾ ਅਸੀਂ ਪੁੱਛਾਂਗੇ ਕਿ ਹੋਰ ਕਿੰਨੀਆਂ ਕੁ ਕੌਮਾਂ ਵਾਸ ਹਨ ਪਿੰਡ 'ਚ ਉੱਥੇ ਬਾਹਮਣ ਸਰ ਹਾਂ ਇੱਕ ਮਾਛੇ ਕੌਮ ਸੀ ਠੀਕ ਹੈ ਉਹ ਜਿੰਦਾਰ ਹੋ ਗਏ ਇੱਥੇ ਵੀ ਐਸੇ ਹੁਣ ਜਿੰਦਾਰ ਹੋ ਗਏ ਜਾਣਾ ਠੀਕ ਹੈ। ਅੱਛਾ ਇੱਕ ਚਮਿਆਰ ਸਨ ਜੁੱਤੀਆਂ ਸੀਣ ਵਾਲੇ ਠੀਕ ਹੈ ਜੁੱਤੀਆਂ ਡੰਗਰ ਦੀ ਖੱਲ ਲਾਉਣ ਵਾਲੇ ਡੰਗਰ ਮਾਰਦੇ ਖੱਲ ਖੱਲ ਵੀ ਉਹ ਲਾਉਂਦੇ ਰਹੇ ਨੇ ਖੱਲ ਉਹ ਲਾਉਂਦੇ ਸਨ ਡੰਗਰ ਜਿਬਾ ਨਹੀਂ ਸੀ ਕਰਨ ਦਿੰਦੇ ਹਾਂ ਜਿਹੜੀ ਗਾਈਆਂ ਬੁੱਢੀਆਂ ਫਿੱਠੇਰੀਆਂ ਹੋਈਆਂ ਜੰਗਲ ਖਰਚੇਰਨੀਆਂ। ਅੱਛਾ ਉਹ ਆ ਜਿਹੜੇ ਛੁਰੀ ਨਹੀਂ ਫੇਰਨੀ ਠੀਕ ਹੈ ਛੁਰੀ ਨਹੀਂ ਫੇਰਨੀ ਡੰਗਰ। ਅੱਛਾ ਉਹਨਾਂ ਦੇ ਜ਼ਰਾ ਨਾਂ ਦੱਸੋ ਜਿਹੜੇ ਤੁਹਾਡੇ ਨਾਲ ਬੱਚੇ ਉਹਨਾਂ ਦੇ ਖੇਡਦੇ ਰਹੇ ਨੇ ਜਿਹੜੀਆਂ ਤੁਸੀਂ ਕੌਮਾਂ ਦੱਸੀਆਂ ਨਾ ਹਾਂ ਉਹਨਾਂ ਦੇ ਨਾਲ ਜਿਹੜੇ ਤੁਹਾਡੇ ਹਮ ਉਮਰ ਮੁੰਡੇ ਹਨ ਉਹਨਾਂ ਦੇ ਕਿਸੇ ਦਾ ਨਾਂ ਲਵੋ। ਇੱਕ ਦਾ ਨਾਂ ਕਰਤਾਰ ਸੀ ਇੱਕ ਸਾਂਝੀ ਸੀ ਕਰਤਾਰ ਸਾਂਝੀ ਹਾਂ ਕਰਤਾਰ ਸਾਂਝੀ ਇੱਕ ਦਾ ਨਾਂ ਹੋਈ 73 ਸਾਲ ਹੋ ਗਏ ਨਾ ਮੈਂ ਵੀ ਸਕੂਲੇ ਗਿਆ ਕੋਈ ਪੁੱਛਣਾ ਵੀ ਤੁਹਾਡੇ ਸਕੂਲ ਦਾ ਵੀ ਇਨਸ਼ਾਲਾ ਹਾਂਜੀ। ਅੱਛਾ ਨਾਂ ਲਵੋ ਤੇਰਾ ਹੋਰ ਕਿੰਨੇ ਕੁ ਜੀ ਆ ਜੇ ਹਾਂ ਇੱਕ ਦਾ ਨਾਂ ਸਾਂਝੀ ਸੀ ਇੱਕ ਦਾ ਨਾਂ ਕਰਤਾਰ ਸੀ ਇੱਕ ਦਾ ਨਾਂ ਬਿੱਜੂ ਸੀ ਬਿੱਜੂ ਬਿੱਜੂ ਹਾਂਜੀ ਇੱਕ ਦਾ ਨੰਦੂ ਸੀ ਨੰਦੂ ਹਾਂ। ਅੱਛਾ ਹਾਂ ਇਹ ਤੁਹਾਡੇ ਹਮ ਉਮਰ ਹਨ ਲੰਗੋਟੀਏ ਹਮ ਉਮਰ ਲੰਗੋਟੀ ਸਰ ਪੜ੍ਹਦੇ ਠੀਕ ਹੈ ਇਹ ਤੁਹਾਡੇ ਨਾਲ ਸਕੂਲੇ ਪੜ੍ਹਦੇ ਰਹੇ ਨੇ ਹਾਂ ਸਕੂਲੇ ਦਿਆਨੀ ਸਕੂਲ ਦਿਆਨੀ ਸਕੂਲ ਹੀ ਜਿੱਥੇ ਪੜ੍ਹਦੇ ਰਹੇ ਨੇ ਮਾਸਟਰ ਸ਼ਮਸੁਦੀਨ ਵੀ ਉੱਥੇ ਪੜ੍ਹਦੇ ਰਹੇ ਨੇ ਪੰਜਵੀਂ ਦਾ ਸਕੂਲ ਠੀਕ ਹੈ ਪੰਜਵੀਂ ਉੱਥੇ ਜਿਹੜੇ ਤੁਹਾਡੇ ਮਾਸਟਰ ਸਾਹਿਬ ਹਾਂ ਉਹਨਾਂ ਦਾ ਨਾਂ ਕੀ ਸੀ ਉਹਨਾਂ ਦਾ ਨਾਂ ਉਹਨਾਂ ਦਾ ਨਾਂ ਨਹੀਂ ਯਾਦ ਠੀਕ ਹੈ ਉੱਥੇ ਹੋਰ ਜਿਹੜੇ ਕਲਾਸ ਫੈਲੋ ਤੁਹਾਡੇ ਮੁੰਡੇ ਹਨ ਉਹਨਾਂ ਦਾ ਕਿਸੇ ਦਾ ਨਾਂ ਲਵੋ ਹੋਰ ਸਾਡੇ ਆਪਣੇ ਜੀ ਜੀ ਇੱਕ ਦਾ ਨਾਂ ਕੈਮ ਜੀ ਨਹੀਂ ਸੀ ਇੱਕ ਦਾ ਨਾਂ ਬਾਬੂ ਸੀ ਇੱਕ ਮੁੰਡੇ ਸਰ ਫਿਰ ਪਹਿਲੀ ਕਾਇਦੇ ਪੜ੍ਹਦੇ ਦੌੜ ਲੱਗ ਗਈ। ਅੱਛਾ ਅਤੇ ਪਿੰਡ ਵਿੱਚ ਬਾਗ ਬੂ ਵੀ ਆਇਆ ਸੀ ਕੋਈ ਉਸ ਟਾਈਮ ਬਾਗ ਕੋਈ ਬਾਗ ਨਹੀਂ ਸੀ ਬਾਗ ਕੋਈ ਦਰਖਤ ਬੜਾ ਸੀ ਬੋੜਾਂ ਬੇਰੀਆਂ ਹਾਂ ਬੋੜਾਂ ਬੇਰੀਆਂ ਬੇੜੇ ਬਿਹਾੜੀਆਂ ਕੈਂਬਲ ਕਰੈਂਗਲ ਉਹੜੇ ਇਹ ਬੂਟੇ ਨਹੀਂ ਉੱਧਰ ਰਹੇ ਜਿਹੜੇ ਉੱਧਰ ਬੂਟੇ ਸਨ ਇੱਧਰ ਹੈ ਨਹੀਂ ਉਹ ਨਾ ਠੀਕ ਹੈ ਕਿੰਨੀ ਕੁ ਜ਼ਮੀਨ ਸੀ ਬਾਪੂ ਕੋਲ ਉੱਥੇ ਸਾਡੀ ਜੀ ਜੀ ਸਾਡੀ 6.5 ਕਿੱਲੇ ਜ਼ਮੀਨ 6.5 ਕਿੱਲੇ ਜ਼ਮੀਨ ਸੀ ਉੱਥੇ ਹਾਂ ਅਤੇ ਕਿੰਨੀਆਂ ਜੋਗਾਂ ਦੀ ਵਾਈ ਸੀ ਇੱਕੋ ਜੋਗ ਇੱਕ ਹੀ ਵਾਲੀ ਹਾਂ ਠੀਕ ਹੈ ਅਤੇ ਚਾਚੂ ਅਸੀਂ ਪੁੱਛਾਂਗੇ ਕਿ ਜਿਹੜੇ ਬਾਪੂ ਨੇ ਢੱਗੇ ਰੱਖੇ ਹਨ ਉਹ ਯਾਦ ਹੈ ਕਿਸਾਂ ਦੇ ਰੰਗ ਹਨ ਹਾਂ ਇੱਕ ਗੋਰੇ ਰੰਗ ਦਾ ਸੀ ਇੱਕ ਬੱਗੇ ਰੰਗ ਇੱਕ ਬੱਗੇ ਰੰਗ ਦਾ ਸੀ ਅੱਛਾ ਗੋਰਾ ਰੰਗ ਜਿਹੜਾ ਇਹਨੇ ਊਠਾਂ ਊਠਾਂ ਕਰਾ ਹੁੰਦਾ ਰੰਗ ਉਹਨੂੰ ਆਉਂਦੇ ਹੋ ਹਾਂ ਗੋਰਾ ਰੰਗ ਕੈਮਲ ਕਲਰ ਠੀਕ ਹੋ ਗਿਆ। ਅੱਛਾ ਅਤੇ ਉੱਥੋਂ ਜੋ ਤੁਸੀਂ ਇੱਧਰ ਆਏ ਹੋ ਹਾਂ ਅਤੇ ਕਿੰਨੀਆਂ ਕੁ ਤਕਲੀਫਾਂ ਉਠਾਉਣੀਆਂ ਪਈਆਂ ਰਸਤੇ 'ਚ ਅੱਲਾ ਦਾ ਸ਼ੁਕਰ ਹੈ ਸਾਨੂੰ ਕੋਈ ਤਕਲੀਫ ਕੋਈ ਤਕਲੀਫ ਨਹੀਂ ਕੋਈ ਜੀ ਹੋਰ ਨੁਕਸਾਨ ਤਾਂ ਨਹੀਂ ਆਪਣਾ ਕੋਈ ਨਹੀਂ ਠੀਕ ਇੱਥੇ ਆ ਕੇ ਹੋਇਆ ਫਿਰ ਸਾਨੂੰ ਮਾਤਾ ਨਿਕਲੀ ਉਤੋਂ ਦੀ ਬਿਮਾਰੀ ਉਦੋਂ ਫੈਲੀ ਸੀ ਬੜੀ ਉਹ ਫੈਲੀ ਸੀ ਸਾਨੂੰ ਰਿਆਸਤੀਆਂ ਨੇ ਹਾਂ ਸਾਨੂੰ ਵੀ ਫੈਲੀ ਸਾਡੇ ਕੋਈ 30 ਜੀ ਵੀ ਬਸਤੀ 'ਚ ਫੌਤ ਹੋ ਗਏ ਉਸ ਬਿਮਾਰੀ ਨਾਲ ਉਸ ਬਿਮਾਰੀ ਹਾਂ ਹਾਂ ਠੀਕ ਹੈ ਉਸ ਪਿੰਡ ਵਿੱਚ ਪਿਛਲੇ ਪਿੰਡ ਵਿੱਚ ਦੁਕਾਨ ਕਿਹਨੇ ਪਾਈ ਦੀ ਪਰਚੂਨ ਦੀ ਦੁਕਾਨ 'ਚ ਤਾਂ ਰੋਜ਼ਮਰਾ ਸੌਦਾ ਲੈਂਦੇ ਹੋ ਅਤੇ ਜੋ ਬਾਹਮਾ ਨਹੀਂ ਜਾਣੀ ਰੱਖੀ ਹਾਂ ਉਸਦੇ ਉੱਥੋਂ ਲੈ ਬਣਾ ਲੂਣ ਮਾਰ ਕੇ ਅੱਛਾ ਕਿੰਨਾ ਆਨਿਆਂ ਦੀ ਬੋਤਲ ਮਿਲਦੀ ਸੀ ਮਿੱਟੀ ਦੇ ਤੇਲ ਦੀ ਅੱਛਾ ਕਿੰਨਾ ਆਨਿਆਂ ਜੀ ਠੀਕ ਤਿੰਨਾਂ ਆਨਿਆਂ ਦੀ ਹਾਂ 16,000 ਰੁਪਈਆ ਜੀ 16,000 ਰੁਪਈਆ ਹਾਂ ਅੱਛਾ ਯਾਨੀ ਕਿ 4-5 ਬੋਤਲਾਂ ਆਏ ਦੀ ਰਹੀਆਂ 1 ਰੁਪਏ ਦੀਆਂ ਹਾਂ ਇੰਨਾ ਸਸਤਾ ਕੰਮ ਸੀ ਹਾਂ ਅੱਛਾ ਅਤੇ ਪਿੰਡ ਵਿੱਚ ਕਿਸੇ ਬੰਦੇ ਕੋਲ ਸਾਈਕਲ ਆ ਸੀ ਸਾਈਕਲ ਵੇਖਣ ਨੂੰ ਵੀ ਹੈ ਜੀ ਦੇਖੀ ਨਹੀਂ ਪਹਿਲੇ ਅਤੇ ਰੇਡੂਆ ਕੋਈ ਰੇਡੂਆ ਹਾਂ ਕੋਈ ਰੇਡੂ ਅਤੇ ਪਿੰਡ ਵਿੱਚ ਟੋਕਾ ਮਸ਼ੀਨ ਲਾਈ ਸੀ ਕਿਸੇ ਨੇ ਕਸਮ ਨੂੰ ਨਹੀਂ ਬਾਜਰਾ ਹੱਥ ਨਾਲ ਕੁਤਰਨਾ ਹੱਥ ਨਾਲ ਹੀ ਕੁਤਰਨਾ ਸਾਰਾ ਹਾਂ
ਗੇਅਰ ਵੀ ਨਹੀਂ ਕਿਸੇ ਲਾਇਆ ਕੋਈ ਬਿਲਕੁਲ ਹੈ ਹੀ ਕੋਈ ਸ਼ਹਿਰ ਨਹੀਂ ਮਸ਼ੀਨਰੀ ਹੈ ਹੀ ਨਹੀਂ ਨਲਕਾ ਨਹੀਂ ਕੋਈ ਨਲਕਾ ਨਹੀਂ ਨਲਕਾ ਚਾਹੀਦਾ ਸਾਨੂੰ ਲੱਭਾ ਕੇ ਨਾ ਜਾਏ ਲੈਟਰੀ ਠੀਕ ਹੈ ਅੱਛਾ ਅੱਛੂ ਆਲੇ ਦੁਆਲੇ ਕਿਸੇ ਪਿੰਡ 'ਚ ਮੇਲਾ ਵੀ ਹੁੰਦਾ ਸੀ ਹਾਂ ਇੰਜੂ ਰਾਸਾਂ ਪੈਂਦੀਆਂ ਹਾਂ ਇੰਜੂ ਰਾਸ ਰੂਪਾਂ ਦੇ ਗਾਣੇ ਗਾਣੇ ਉਹਨਾਂ ਨੇ ਕਿਹਦੇ ਪਿੰਡ 'ਚ ਜਿਆਣੀ ਜਿਆਣੀ ਦੇ ਵਿੱਚ ਰਾਸਾਂ ਪਾਉਂਦੇ ਅੱਛਾ ਅੱਛਾ ਠੀਕ ਹੈ ਅਤੇ ਕਦੇ 47 ਤੋਂ ਪਹਿਲੇ ਮੌਕਾ ਮਿਲਿਆ ਸੀ ਇੱਧਰ ਆਉਣ ਦਾ ਪਹਿਲੇ ਨਹੀਂ ਮੈਂ ਨਹੀਂ ਆਇਆ ਗਦਰ ਤੋਂ ਪਹਿਲੇ ਨਹੀਂ ਇੱਧਰ ਆਏ ਤੁਸੀਂ ਨਾ ਠੀਕ ਹੈ ਅਤੇ ਨਾਨਕੇ ਕਿਹੜੇ ਪਿੰਡ ਸਨ ਤੁਹਾਡੇ ਨਾਨਕੇ ਸੋਧੜੀ 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 ਇਹ ਬੈਨ ਗਲਾਰ ਦੇ ਕੋਲ ਇਹ ਗਲਹਿਰ ਜਿਹੜਾ ਪਿੰਡ ਹੈ ਇਹ ਗਲਾਰ ਪਿੰਡ ਨਹੀਂ ਬਾਰਡਰ ਦੇ ਹਾਂ ਹਾਂ ਬਿਲਕੁਲ ਉਸ ਸੋਧੇ ਲਾਗੇ ਬਸੈਂਤਰ ਚੱਲਦਾ ਅਤੇ ਉੱਥੇ ਸੋਧੜੀ ਪੈਂਦਾ ਸੋਧੜੀ 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 ਹਾਂ ਠੀਕ ਹੈ ਉੱਥੇ ਤੁਹਾਡੇ ਨਾਨਕੇ ਸਨ ਉੱਥੇ ਠੀਕ ਹੈ ਇਸ ਤੁਹਾਡੇ ਨਾਨਕੇ ਪਿੰਡ ਦੇ ਜਿਹੜੇ ਲਾਗੇ ਲਾਗੇ ਪਿੰਡ ਹਨ ਉਹਨਾਂ ਦਾ ਕੀ ਨਾਂ ਅਤੇ ਗਲੈੜ ਹੋ ਗਿਆ ਨਾ ਇੱਕ ਗਲੈੜ ਹੋ ਗਈ ਹਾਂ ਉਹਦੇ ਪਰ ਛਪਾਲ ਹੋ ਗਿਆ ਹਾਂਜੀ ਇਹੋ ਪਿੰਡ ਸਰ ਉਹ ਗਲਾਰ ਦਾ ਇੱਕ ਝੁੰਮੂ ਗਲਾੜੀਆ ਹੋਇਆ 500 ਕਿੱਲੇ ਦਾ ਮਾਰਗ ਸੀ ਅੱਛਾ ਇੰਜੂ ਕੀ ਨਾਂ ਇਹਦਾ ਝੁੰਮੂ ਝੁੰਮੂ ਧੁੰਮੂ ਧੁੰਮੂ ਗਲਾੜੀਆ ਇੰਜੂ ਇਹ ਕੀ ਜੈਲਦਾ ਰਹੀ ਹਾਂ ਅੱਛਾ 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 ਠੀਕ ਹੋ ਗਿਆ ਅੱਛੂ ਉਸ ਵਕਤ ਜਦੋਂ ਕੋਈ ਫੌਤ ਹੋ ਜਾਂਦਾ ਰਹਿ ਅਤੇ ਸਾਰੀਆਂ ਕੌਮਾਂ ਉੱਥੇ ਰਹਿੰਦੀਆਂ ਨੇ ਅਤੇ ਇੱਕ ਦੂਸਰੇ ਦੀ ਜਾ ਕੇ ਅਫਸੋਸ ਕਰਦੇ ਰਹੇ ਹੋ ਇੱਕ ਦੂਸਰੇ ਦਾ ਬਹੁਤ ਹਾਂ ਕੋਈ ਬਿਮਾਰ ਹੁੰਦਾ ਸੀ ਬਿਮਾਰ ਉਹਨਾਂ ਨੂੰ 8-8 ਦਿਨ ਦੇਖਣ ਜਾਣਾ ਅੱਛਾ ਪਤਾ ਕਰਨ ਜਾਣਾ ਦਾ ਹਾਂ 15-15 ਦਿਨ ਬਾਅਦ 'ਚ ਬੰਦਾ ਫੌਤ ਹੋਣਾ ਅੱਛਾ ਉਸ ਵੇਲੇ ਬਿਮਾਰੀਆਂ ਨਹੀਂ ਸਨ ਹਾਂ ਹਾਂਜੀ ਉਸ ਵੇਲੇ ਬੜਾ ਲਾਇਆ ਕਰਮ ਸੀ ਬੜਾ ਸ਼ੁਕਰ ਸੀ ਦੇਸੀ ਦਵਾਈ ਦੇਣੀ ਉਹਦੇ ਨਾਲ ਆਰਾਮ ਲੱਗ ਗਿਆ ਉਹਦੇ ਨਾਲ ਆਰਾਮ ਆ ਜਾਣਾ ਉਹਦੇ ਨਾਲ ਆਰਾਮ ਲੱਗ ਕੀ ਡਾਕਟਰ ਹੈ ਹੀ ਨਹੀਂ ਹੈ ਹੀ ਨਹੀਂ ਸੀ ਠੀਕ ਬਿਲਕੁਲ ਅੱਛਾ ਉਹ ਵਕਤ ਚੰਗਾ ਸੀ ਪੁਰਾਣਾ ਕਿ ਹੁਣ ਵਾਲਾ ਚੰਗਾ ਉਹ ਵਕਤ ਸੀ ਨਾ ਜਿਹੜਾ ਉਹ ਵਕਤ ਅੱਛਾ ਸੀ ਉਸ ਵੇਲੇ ਮਾਨ ਸਲਾਮਤ ਸਨ ਲੋਕ ਅੱਜ ਮਾਨ ਖਾਰਜ ਹੈ ਮਾਨ ਟੁੱਟ ਗਿਆ ਦਾ ਮੇਰੀ ਗੱਲ ਦਾ ਕੁਛ ਬੇਈਮਾਨੀ ਆ ਗਈ ਹੈ ਮੈਂ ਬੇਈਮਾਨੀ ਫੈਲ ਗਈ ਤੁਹਾਡਾ ਕਹਿਣ ਦਾ ਮਤਲਬ ਕਿ ਪਹਿਲੇ ਸ਼ਰਮਾ ਹਜ਼ਾ ਜ਼ਿਆਦਾ ਸਨ ਬੜੀ ਸ਼ਰਮ ਸੀ ਹੁਣ ਉਹ ਚੀਜ਼ ਖਤਮ ਹੋ ਚੁੱਕੀ ਹੈ ਠੀਕ ਹੈ ਅੱਛਾ ਇਹ ਸਾਡੀ ਜਿਹੜੀ ਗੱਲਬਾਤ ਹੈ ਨਾ ਸਾਰੇ ਤੁਹਾਡੇ ਉਹ ਕਟਲੀ ਪਿੰਡ ਵਾਲੇ ਵੀ ਸਾਰੇ ਲੋਕ ਸੁਣ ਰਹੇ ਨੇ ਇਸ ਟਾਈਮ ਹਾਂ ਆਪਣੇ ਉਸ ਇਲਾਕੇ ਨੂੰ ਉਸ ਪਿੰਡ ਨੂੰ ਕੋਈ ਦੁਆਸਮ ਕਰਨੀ ਹੈ ਤਾਂ ਕਰ ਲਓ ਸਾਨੂੰ ਅਜੇ ਵੀ ਨਹੀਂ ਭੁੱਲਦਾ ਅਸੀਂ ਖੈਰ ਹੀ ਮੰਗਦੇ ਹਾਂ ਪਹਾੜੀਆਂ ਜੀ 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 ਖੈਰ ਹੀ ਮੰਗਦੇ ਹਾਂ ਪਹਾੜੀਆਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਤੁਸੀਂ ਆਪਣੇ ਪਿੰਡ ਵਾਲਿਆਂ ਵਾਸਤੇ ਜਿਹੜਾ ਤੁਹਾਡਾ ਪੁਰਾਣਾ ਪਿੰਡ ਸੀ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਜੀ ਦੁਆਈ ਕਰਨੀ ਉਹਨਾਂ ਵਾਸਤੇ ਠੀਕ ਹੈ ਅੱਛਾ ਬਹੁਤ ਸ਼ੁਕਰੀਆ ਅੱਲਾਹ ਪਾਕ ਦਾ ਅਸੀਂ ਸ਼ੁਕਰ ਅਦਾ ਕਰਦੇ ਹਾਂ ਕਿ ਇੰਨੀ ਉਮਰ ਦੇ ਵਿੱਚ ਵੀ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖਿਆ ਹੈ ਅਤੇ ਅੱਲਾਹ ਪਾਕ ਅੱਗੇ ਅਸੀਂ ਦੁਆ ਕਰਾਂਗੇ ਕਿ ਹਮੇਸ਼ਾ ਅੱਲਾਹ ਪਾਕ ਤੁਹਾਨੂੰ ਸਿਹਤਮੰਦ ਰੱਖੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਫਿਰ ਇੱਕ ਵਾਰ ਤੁਹਾਡੇ ਕੋਲ ਆਈਏ ਇੱਕ ਬੈਠਕ ਤੁਹਾਡੇ ਕੋਲ ਅਸੀਂ ਫਿਰ ਕਰੀਏ ਆ ਕੇ